ਤੁਸੀਂ ਦੇਖ ਸਕਦੇ ਹੋ ਨਰਿੰਦਰ ਮੋਦੀ ਦੇ ਨਾਲ ਪੱਗ ਬੰਨੀ ਸੀਗੀ, ਉਹਨਾਂ ਦੀ ਫੋਟੋ ਵੀ ਨਾਲ ਹੈ। ਅਤੇ ਜਿੱਦਾਂ ਕਿ ਤੁਸੀਂ ਪਾਸ ਵਗੈਰਾ ਤੁਹਾਡਾ ਵੀ ਬਣਿਆ ਹੋਣਾ ਉੱਥੇ ਜਾ ਕੇ, ਨਹੀਂ ਪਾਸ ਵਿੱਚ ਕੋਈ ਦਿੱਕਤ ਆਈ ਸੀ? ਹਾਂ, ਦਿੱਕਤ ਤਾਂ ਕਾਫੀ ਆਈ ਸੀਗਾ। ਦਿੱਕਤ ਇਹਦਾ ਪਹਿਲਾਂ ਇੱਕ ਪਾਸੇ ਪਾਸ ਬਣਿਆ, ਫਿਰ ਦੂਜੇ ਪਾਸੇ, ਫਿਰ ਤੀਜੇ ਪਾਸੇ ਨਾਮ ਚੜਿਆ, ਰਜਿਸਟਰ ਹੋਇਆ, ਅਤੇ ਚੌਥੇ ਪਾਸੇ ਜਾ ਕੇ ਫਿਰ ਫਾਈਨਲ ਹੋਇਆ ਗਾ। ਐਂਡ 'ਤੇ ਜਾ ਕੇ ਜਦੋਂ ਉਹਨਾਂ ਨੇ ਆਉਣਾ ਸੀ, ਉਦੋਂ 10 ਮਿੰਟ ਪਹਿਲਾਂ ਸਾਨੂੰ ਅੰਦਰ ਲੈ ਕੇ ਗਏ ਗਾ। ਮੈਂ 4 ਪੱਗਾਂ ਲੈ ਕੇ ਗਿਆ ਸੀ ਕੇਸਰੀ ਰੰਗ ਦੀਆਂ, ਜਿਹ 'ਚ ਹਲਕਾ ਹਲਕਾ ਟੋਨ ਦਾ ਫਰਕ ਸੀਗਾ। ਅਤੇ ਉਹਨਾਂ ਨੇ ਇੱਕ ਆਪਣੇ ਆਪ ਹੀ ਪਸੰਦ ਕੀਤੀ ਪੱਗ ਕਿ ਆਹ ਪੱਗ ਮੈਂ ਕੇਸਰੀ ਬੰਨੂੰਗਾ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਦੇ ਦੌਰੇ 'ਤੇ ਸੀਗੇ, ਜਿਹੜੀ ਉਹਨਾਂ ਦੇ ਸਿਰ ਦੇ ਉੱਤੇ ਕੇਸਰੀ ਰੰਗ ਦੀ ਪੱਗ ਸੀਗੀ ਸਜਾਈ ਗਈ ਸੀ, ਉਹ ਬਹੁਤ ਚਰਚਾ ਦੇ ਵਿੱਚ ਸੀਗੇ। ਜਿਨ੍ਹਾਂ ਨੇ ਪੱਗ ਬੰਨ੍ਹੀ ਸੀਗੀ ਉਹ ਸਾਡੇ ਨਾਲ ਅੱਜ ਮੌਜੂਦ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਪਹਿਲਾਂ ਤਾਂ ਬਾਈ ਤੁਹਾਡਾ ਸਾਡੇ ਚੈਨਲ ਨਾਲ ਜੁੜਨ ਨਾਲ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਨਰਿੰਦਰ ਮੋਦੀ ਕੇਸਰੀ ਪੱਗ ਸਜਾਈ ਗਈ ਹੈ, ਅਤੇ ਉਹ ਤੁਸੀਂ ਫਸਟ ਟਾਈਮ ਬੰਨ੍ਹੀ ਹੈ ਜੀ? ਨਹੀਂ, ਮੈਂ 2 ਵਾਰੀ ਬੰਨ ਚੁੱਕਾ। ਇੱਕ ਵਾਰੀ 2022 'ਚ ਬੰਨ੍ਹੀ ਸੀ, ਅਤੇ ਉਸ ਤੋਂ ਬਾਅਦ ਅੱਜ ਮੌਕਾ ਮਿਲਿਆ ਬੰਨ੍ਹਣ ਦਾ। ਅਤੇ ਜਿੱਦਾਂ ਕਿ ਉਹਨਾਂ ਕੇਸਰੀ ਪੱਗ ਬੰਨ੍ਹੀ, ਤੁਹਾਡੇ ਵੱਲੋਂ ਕਿੰਨੀਆਂ ਕੁ ਪੱਗਾਂ ਭਾਈ ਨਾਲ ਲੈ ਕੇ ਗਏ ਸੀਗੇ, ਕਿਹੜੇ ਕਿਹੜੇ ਰੰਗ ਦੀ ਲੈ ਗਏ ਸੀ ਉਹ ਮਾੜਾ ਦੱਸੋ? ਮੈਂ 4 ਪੱਗਾਂ ਲੈ ਕੇ ਗਿਆ ਸੀ ਕੇਸਰੀ ਰੰਗ ਦੀਆਂ, ਜਿਹ 'ਚ ਹਲਕਾ ਹਲਕਾ ਟੋਨ ਦਾ ਫਰਕ ਸੀਗਾ। ਅਤੇ ਉਹਨਾਂ ਨੇ ਇੱਕ ਆਪਣੇ ਆਪ ਹੀ ਪਸੰਦ ਕੀਤੀ ਪੱਗ ਕਿ ਆਹ ਪੱਗ ਮੈਂ ਕੇਸਰੀ ਬੰਨੂੰਗਾ। ਅਤੇ ਬਸ ਉਹਨੇ ਪਸੰਦ ਕੀਤੀ, ਉਸ ਤੋਂ ਬਾਅਦ ਸਟਾਰਟ ਕਰਤੇ ਬੰਨੀ। ਕਿੰਨਾ ਕੁ ਟਾਈਮ ਲੱਗਾ ਸੀ ਪੱਗ ਬੰਨਣ ਨੂੰ, ਕਿੰਨਾ ਕੁ ਸਮਾਂ ਲੱਗਾ ਸੀਗਾ? 3 ਤੋਂ 4 ਮਿੰਟ ਦਾ ਸਮਾਂ ਲੱਗਾ, ਠੀਕ ਹੈ, ਜਿਹ 'ਚ ਘਬਰਾਹਟ ਵੀ ਹੋਈ, ਖੁਸ਼ੀ ਵੀ ਹੋਈ, ਸਾਰਾ ਕੁਝ। ਉਹ ਦਿਲੋਂ ਜ਼ਾਹਿਰ ਨਹੀਂ ਕਰ ਸਕਦਾ ਕਿ ਉਸ ਟਾਈਮ ਕੀ ਫੀਲ ਹੋਇਆ ਗਿਆ। ਸਿਕਿਉਰਿਟੀ ਵਗੈਰਾ ਬਹੁਤ ਜ਼ਿਆਦਾ ਸੀਗੀ ਉੱਥੇ, ਜਾਣ ਦੀ ਕੋਈ ਤੁਹਾਨੂੰ ਦਿੱਕਤ ਪਰੇਸ਼ਾਨੀ ਕੋਈ ਆਈ ਇਹਦੇ ਬਾਰੇ? ਹਾਂ, ਦਿੱਕਤ ਤਾਂ ਬਹੁਤ ਆਈ ਹੈ, ਸਿਕਿਉਰਿਟੀ ਬਹੁਤ ਟਾਈਟ ਸੀਗੀ ਇਸ ਵਾਰ, ਬਹੁਤ ਜ਼ਿਆਦਾ ਟਾਈਟ ਸੀਗੀ। ਅਤੇ ਜਦੋਂ ਫਸਟ ਪਹਿਲਾਂ ਐਂਟਰ ਕੀਤੇ 12 ਵਜੇ, ਉਹ ਤੋਂ ਬਾਅਦ ਕਿਤੇ ਪਾਸ ਬਣਾਓ, ਫਿਰ ਸਾਈਨ ਕਰਤੇ, ਫਿਰ ਨਾਮ ਲਿਖਿਆ, ਫਿਰ ਐਂਡ 'ਤੇ ਜਾ ਕੇ ਜਦੋਂ ਉਹਨਾਂ ਨੇ ਆਉਣਾ ਸੀ, ਉਦੋਂ 10 ਮਿੰਟ ਪਹਿਲਾਂ ਸਾਨੂੰ ਅੰਦਰ ਲੈ ਕੇ ਗਏ ਗਏ। ਜਦੋਂ ਤੁਸੀਂ ਅੰਦਰ ਗਏ ਸੀਗੇ ਅਤੇ ਤੁਸੀਂ ਦੇਖ ਕੇ ਤੇ ਸਾਹਿਬ, ਜਿੱਦਾਂ ਨਰਿੰਦਰ ਮੋਦੀ ਸਾਹਿਬ ਆਪਣੇ ਪ੍ਰਧਾਨ ਮੰਤਰੀ ਆ, ਤੁਸੀਂ ਉਹਨਾਂ ਨੂੰ ਮਿਲੇ ਸੀ, ਤੁਹਾਡੇ ਮਨ 'ਚ ਕੋਈ ਚਾਅ ਵਗੈਰਾ ਹੋਏਗਾ ਜਾਂ ਕੋਈ? ਦੇਖੋ, ਪਹਿਲੀ ਗੱਲ ਤਾਂ ਘਬਰਾਹਟ ਹੀ ਸੀਗੀ ਮਨ 'ਚ ਕਿ ਵਧੀਆ ਬੰਨ ਹੋ ਜਾਵੇ ਪੱਗ। ਫਿਰ ਉਸ ਤੋਂ ਬਾਅਦ ਚਾਹ ਤਾਂ ਉਦੋਂ ਆਉਣਾ ਜਦੋਂ ਕੰਪਲੀਟ ਹੋਣ ਤੋਂ ਬਾਅਦ, ਅਤੇ ਜਦੋਂ ਕੰਪਲੀਟ ਹੋਈ ਉਹ ਤੋਂ ਬਾਅਦ ਬਹੁਤ ਮਨ ਨੂੰ ਵਧੀਆ ਲੱਗਾ। ਫਿਰ ਮੈਂ PA ਉਹਨਾਂ ਨੂੰ ਕਿਹਾ ਕਿ ਮੈਂ ਫੋਟੋ ਖਿੱਚਣਾ ਚਾਹੁੰਦਾ, ਅਤੇ ਉਹਨਾਂ ਨੇ PA ਸਾਹਿਬ ਨੂੰ ਕਿਹਾ ਕਿ ਫੋਟੋ ਇਹਨਾਂ ਦੀ ਕਲਿੱਕ ਕਰ ਦਿਉ, ਹਿੰਦੀ 'ਚ ਮੈਂ ਉਹਨਾਂ ਨਾਲ ਗੱਲ ਕੀਤੀ, ਅਤੇ ਉਸ ਤੋਂ ਬਾਅਦ ਉਹਨੇ ਫੋਟੋ ਖਿੱਚੀ ਅਤੇ PA ਸਾਹਿਬ ਨੇ ਫਿਰ ਮੈਨੂੰ ਸੈਂਡ ਕਰਤੀ ਸੀ। ਅਤੇ ਜਦੋਂ ਤੁਸੀਂ ਪੱਗ ਬੰਨ੍ਹੀ ਸੀ, ਤੁਸੀਂ ਕਹਿ ਰਹੇ ਜਿੱਦਾਂ ਕਿ 4 ਮਿੰਟ ਲੱਗੇ ਸੀਗੇ, 4 ਮਿੰਟਾਂ ਦੇ ਵਿੱਚ ਉਹਨਾਂ ਨਾਲ ਕੀ ਕੀ ਗੱਲਬਾਤ ਤੁਹਾਡੀ ਹੋਈ? ਦੇਖੋ, 4 ਮਿੰਟ 'ਚ ਪੱਗ ਦੇ ਰਿਲੇਟਿਡ ਗੱਲ ਹੋਈ ਆ, ਉਹਦਾ ਕੋਈ ਗੱਲ ਨਹੀਂ ਹੋਈ, ਉਹਦਾ ਇਸ ਬਾਹਰਲੇ ਵਰਗ ਪਰਸਨਲ ਕੋਈ ਗੱਲ ਨਹੀਂ ਹੋਈ। ਬਸ ਪੱਗ ਦੀ ਗੱਲ ਹੋਈ ਕਿ ਪੱਗ ਛੋਟੀ ਬਣਨੀ, ਵੱਡੀ ਬਣਨੀ, ਟਾਈਟ ਬਣਨੀ, ਕਿੱਦਾਂ ਦੀ ਬਣਨੀ ਹੈ। ਅਤੇ ਜਦੋਂ ਤੁਸੀਂ ਪੱਗ ਬੰਨ੍ਹੀ ਹੈ, ਜਿੱਦਾਂ ਤੁਸੀਂ ਕਹਿ ਰਹੇ ਹੋ ਮੈਂ ਸੈਕਿੰਡ ਟਾਈਮ ਬੰਨ੍ਹੀ ਆ, ਅਤੇ ਜਦੋਂ ਤੁਸੀਂ ਗਏ ਸੀ ਉਹਨਾਂ ਨੇ ਤੁਹਾਨੂੰ ਪਛਾਣ ਲਿਆ ਸੀ ਕਿ ਤੁਸੀਂ ਫਸਟ ਟਾਈਮ ਵੀ ਤੁਸੀਂ ਪੱਗ ਬੰਨ੍ਹੀ? ਹਾਂਜੀ, ਮੈਂ ਪਹਿਲਾਂ ਉਹਨਾਂ ਨੂੰ ਕਿਹਾ ਸੀ ਕਿ ਮੈਂ 2022 ਵਿੱਚ ਮੈਂ ਹੀ ਬੰਨ੍ਹੀ ਸੀ ਤੁਹਾਡੇ ਪੱਗ, ਉਹ ਕਹਿੰਦੇ ਸੀ ਹਾਂ ਮੈਂ ਪਛਾਣ ਲਿਆ ਤੁਹਾਨੂੰ ਕਿ ਤੁਸੀਂ ਆਏ ਸੀਗੇ। ਜਦੋਂ ਤੁਸੀਂ ਪੱਗ ਬੰਨ੍ਹੀ ਹੈ, ਜਦੋਂ ਖੜੇ ਹੋਏ ਪੱਗ ਬੰਨ ਕੇ, ਉਹਨਾਂ ਨੂੰ ਤੁਸੀਂ ਕੋਈ ਫੋਟੋ ਵਗੈਰਾ ਖਿਚਾਈ ਜਾਂ ਕੋਈ ਉਹਨਾਂ ਨੇ ਫੋਟੋ ਤੁਹਾਨੂੰ ਕਿਹਾ ਕਿ ਮੇਰੇ ਨਾਲ ਫੋਟੋ ਖਿਚਾ ਸਕ? ਹਾਂਜੀ, ਉਹ ਮੈਂ ਹੀ ਕਿਹਾ ਸੀ ਉਹਨਾਂ ਨੂੰ ਕਿ ਮੈਂ ਫੋਟੋ ਖਿੱਚਣੀ ਚਾਹੁੰਦਾ, ਤਾਂ ਸਾਡੇ ਤਾਂ ਫੋਨ ਸਾਰੇ ਬਾਹਰ ਹੀ ਉਹਨਾਂ ਕੋਲ ਸੀਗੇ, ਸਿਕਿਉਰਿਟੀ 'ਚ ਜਮ੍ਹਾਂ ਸੀਗੇ, ਅਤੇ ਫਿਰ ਉਹਨਾਂ ਨੇ ਆਪਣੇ PA ਨੂੰ ਕਿਹਾ, ਅਤੇ ਉਹਨਾਂ ਨੇ ਫਿਰ ਫੋਟੋ ਖਿੱਚ ਕੇ ਦਿੱਤੀ। ਤੁਹਾਡੇ ਕੋਲ ਫੋਟੋ ਹੈਗੀ ਸਰ? ਦਿਖਾ ਸਕਦੇ? ਹਾਂਜੀ, ਦਿਖਾ ਸਕਦੇ। ਤੁਹਾਨੂੰ ਦਿਖਾ ਰਹੇ ਹਾਂ ਜੀ ਕਿ ਜਿੱਦਾਂ ਕਿ ਉਹਨਾਂ ਨੇ ਫੋਟੋ ਵੀ ਖਿੱਚੀ ਸੀਗੀ ਉਹਨਾਂ ਦੇ PA ਦੇ ਨਾਲ, ਤੁਹਾਨੂੰ ਫੋਟੋ ਵੀ ਨਾਲ ਸਾਂਝੀ ਕਰ ਦਿੰਦੇ ਹਾਂ। ਦਿਖਾ, ਤੁਸੀਂ ਇਹ ਦੇਖ ਸਕਦੇ ਹੋ ਨਰਿੰਦਰ ਮੋਦੀ ਦੇ ਨਾਲ
ਪੱਗ ਬੰਨੀ ਸੀਗੀ, ਉਹਨਾਂ ਦੀ ਫੋਟੋ ਵੀ ਨਾਲ ਹੈ। ਅਤੇ ਜਿੱਦਾਂ ਕਿ ਤੁਸੀਂ ਪਾਸ ਵਗੈਰਾ ਤੁਹਾਡਾ ਵੀ ਬਣਿਆ ਹੋਣਾ ਉੱਥੇ ਜਾ ਕੇ, ਨਾ ਪਾਸ ਵਿੱਚ ਕੋਈ ਦਿੱਕਤ ਆਈ ਸੀ? ਹਾਂ, ਦਿੱਕਤ ਤਾਂ ਕਾਫੀ ਆਈ ਸੀਗਾ। ਦਿੱਕਤ ਇਹਦਾ ਪਹਿਲਾਂ ਇੱਕ ਪਾਸੇ ਪਾਸ ਬਣਿਆ, ਫਿਰ ਦੂਜੇ ਪਾਸੇ, ਫਿਰ ਤੀਜੇ ਪਾਸੇ ਨਾਮ ਚੜਿਆ, ਰਜਿਸਟਰ ਹੋਇਆ, ਫਿਰ ਚੌਥੇ ਪਾਸੇ ਜਾ ਕੇ ਫਿਰ ਫਾਈਨਲ ਹੋਇਆ। ਕਹਿੰਦਾ ਤੁਹਾਡਾ ਨਾਮ ਕਿਸੇ ਨੇ ਰੈਫਰ ਕੀਤਾ ਸੀ ਕਿ ਤੁਹਾਨੂੰ ਦਿੱਲੀਓ ਕੋਲ ਆਈ ਸੀ ਜਾਂ ਬੀਜੇਪੀ ਆਫਿਸ ਦੇ ਵਿੱਚੋਂ ਕੋਲ? ਨਹੀਂ, ਆਪਣਾ ਅਮਰੀ ਭਾਈ ਇੱਥੇ ਬੀਜੇਪੀ ਦੇ ਕਾਰਜਕਰਤਾ ਹੈਗੇ, ਉਹਨਾਂ ਨੇ ਮੇਰਾ ਰੈਫਰ ਕੀਤਾ ਸੀ। 2022 'ਚ ਵੀ ਉਹਨਾਂ ਨੇ ਕੀਤਾ ਸੀ ਅਤੇ ਹੁਣ ਵੀ ਉਹਨਾਂ ਨੇ ਮੇਰਾ ਅੱਗੇ ਨਾਮ ਰੈਫਰ। ਕੱਲ੍ਹ ਫੋਨ ਆਇਆ ਸੀ ਕਿ ਅੱਜ ਫੋਨ ਆਇਆ ਸੀ? ਅੱਜ ਸਵੇਰੇ ਹੀ ਆਇਆ ਸੀ ਫੋਨ। ਅੱਜ ਸਵੇਰੇ ਤੁਹਾਨੂੰ ਕੋਲ ਆਈ ਸੀ ਅਤੇ ਤੁਸੀਂ ਆਪਣੇ ਘਰ ਵਾਲਿਆਂ ਨੂੰ ਵੀ ਦੱਸਣਾ ਕਿ ਮੈਨੂੰ ਨਰਿੰਦਰ ਮੋਦੀ ਸਾਹਿਬ ਨਾਲ ਪੱਗ ਬੰਨਣ ਦਾ ਮੌਕਾ ਦੁਬਾਰਾ ਫਿਰ ਮਿਲਿਆ, ਤਾਂ ਉਹਨਾਂ ਦੇ ਵਿੱਚ ਕੀ ਉਤਸ਼ਾਹ ਸੀ? ਦੇਖੋ, ਘਰ ਦੇ ਬਹੁਤ ਖੁਸ਼ੀ ਹੋਈ ਕਿ ਹਾਂ ਫਿਰ ਇਹਨੂੰ ਇੱਕ ਵਾਰੀ ਫਿਰ ਮੌਕਾ ਮਿਲਿਆ, ਅਤੇ ਉਹ ਫਿਰ ਕਹਿ ਰਹੇ ਸੀ ਕਿ ਬਹੁਤ ਵਧੀਆ ਕਰਕੇ ਆਈ ਕਿ ਆ ਕੇ ਮੈਨੂੰ ਦੱਸੀ ਗੱਲ। ਪਰ ਇੱਕ ਮੇਰੇ ਮਨ 'ਚ ਇੱਕੋ ਗੱਲ ਸੀਗੀ ਕਿ ਬਣਵਾਉਣਗੇ ਕਿ ਨਹੀਂ, ਕਿ ਉਹ ਉੱਥੇ ਦੋ ਤਰ੍ਹਾਂ ਦਾ ਹੁੰਦਾ ਕਿ ਜਾਂ ਬਣਵਾਉਣਗੇ ਜਾਂ ਨਹੀਂ ਬਣਵਾਉਣਗੇ। ਗੱਲ ਕੋਈ ਜਿੱਦਾਂ ਤੁਸੀਂ ਇਕੱਲੇ ਗਏ ਸੀਗੇ, ਕੋਈ ਹੋਰ ਵੀ ਪੱਗ ਬੰਨਣ ਵਾਲੇ ਹੁੰਦੇ ਉੱਥੇ ਪਹੁੰਚੇ? ਨਹੀਂ, ਮੈਂ ਇਕੱਲੇ ਹੀ ਗਿਆ ਸੀ। ਇਕੱਲੇ ਨੂੰ ਮਤਲਬ ਕਿ ਮੌਕਾ ਮਿਲਿਆ ਸੀਗਾ ਕਿ ਉਹਨਾਂ ਨੇ ਪੱਗ ਬੰਨਣ? ਹਾਂਜੀ, ਮੈਨੂੰ ਇਕੱਲੇ ਨੂੰ ਮੌਕਾ ਮਿਲਿਆ ਸੀਗਾ। ਅਤੇ ਉਹਨਾਂ ਨਾਲ ਕੋਈ ਉਹਨਾਂ ਕੋਲ ਕੰਟੈਕਟ ਨੰਬਰ ਵਗੈਰਾ ਤੁਹਾਡਾ, ਜਿੱਦਾਂ ਕਿ ਤੁਸੀਂ ਕੰਟੈਕਟ ਵਗੈਰਾ ਦਿੱਤਾ ਗਿਆ ਉਹਨਾਂ ਕੋਲ ਤੁਹਾਨੂੰ? ਨਹੀਂ, ਮੈਂ ਆਪਣਾ ਕੰਟੈਕਟ ਦਿੱਤਾ, ਉਹਨਾਂ ਨੇ ਮੈਨੂੰ ਆਪਣਾ ਦਿੱਤਾ ਬੰਦਾ। ਨਰਿੰਦਰ ਮੋਦੀ ਸਾਹਿਬ ਨੂੰ ਦਿੱਤਾ ਤੁਸੀਂ ਆਪਣਾ? ਨਹੀਂ, ਉਹਨਾਂ ਦੇ PA ਸਾਹਿਬ ਨੂੰ ਕਹਿੰਦੇ ਦਿੱਤਾ। ਹਾਂਜੀ, ਉਹਨਾਂ ਨੇ ਕੀ ਕਿਹਾ ਜੀ ਉਹਨਾਂ ਨੇ ਤੁਹਾਨੂੰ ਕਿ? ਹਾਂ, ਉਹਨਾਂ ਨੇ ਕਿਹਾ ਸੀ ਜੀ ਅਗਲੀ ਵਾਰ ਆਪਾਂ ਜਲੰਧਰ ਆਵਾਂਗੇ ਤਾਂ ਤੁਹਾਡੇ ਕੋਲ ਹੀ ਬਣਵਾਵਾਂਗੇ। ਅਤੇ ਕਹਿੰਦੇ ਸੀ ਕਿ ਮੋਦੀ ਸਾਹਿਬ ਨੇ ਕਿਹਾ ਕਿ ਇਸ ਵਾਰ ਥੋੜ੍ਹੀ ਵੱਡੀ ਆਈ, ਇਸ ਨੈਕਸਟ ਟਾਈਮ ਇਸ ਤੋਂ ਹੋਰ ਛੋਟੀ ਚਾਹੀਦੀ ਹੈ। ਮਤਲਬ ਖੁਸ਼ ਹੋ ਗਏ ਨਹੀਂ ਪੱਗ ਬੰਨਣਗੇ? ਤੁਸੀਂ ਬੰਨੀ ਆ ਅਤੇ ਤੁਹਾਨੂੰ ਮਤਲਬ ਕਿ ਉਹ ਮਿਲੇ ਯਾਰ? ਬਹੁਤ ਬਹੁਤ ਵਧੀਆ ਉਹਨਾਂ ਨੂੰ ਲੱਗਾ ਬਣਵਾ ਕੇ ਪੱਗ। ਅਤੇ ਕੋਈ ਉਹਨਾਂ ਨੂੰ ਮੈਂ ਜਿੱਦਾਂ ਕਿਹਾ ਕਿ ਜਿੱਦਾਂ ਉਹਨਾਂ ਨੂੰ ਮੈਂ ਬਣਵਾ ਬੰਦਾ ਰਿਹਾ, ਉੱਦਾਂ ਹੀ ਉਹ ਮੇਰੇ ਨਾਲ ਕੋਪਰੇਟ ਕਰਦੇ ਨੇ। ਮੈਂ ਪੁੱਛਿਆ ਸੀ ਕਿ ਹਾਂਜੀ ਆਪਣਾ ਟਾਈਟ ਹੈ, ਲੂਜ਼ ਹੈ? ਉਹਨਾਂ ਨੇ ਜਵਾਬ ਦਿੱਤਾ ਕਿ ਹਾਂ ਠੀਕ ਹੈ, ਮੈਨੂੰ ਸਹੀ ਹੈ, ਕੰਫਰਟੇਬਲ ਹਾਂ ਮੈਂ। ਜਿੱਦਾਂ ਕਿ ਤੁਸੀਂ ਕਹਿ ਰਹੇ ਉਹਨਾਂ ਦੇ PA ਨੇ ਤੁਹਾਡਾ ਨੰਬਰ, ID ਵਗੈਰਾ ਲਿੱਤੀ ਹੋਈ ਹੈ, ਜੇ ਤੁਹਾਨੂੰ ਨੈਕਸਟ ਟਾਈਮ ਕੋਈ ਮੌਕਾ ਮਿਲਦਾ ਦਿੱਲੀ ਦੇ ਅੰਦਰ ਜਾ ਕੇ ਨਰਿੰਦਰ ਮੋਦੀ ਹਰ ਟਾਈਮ ਪੱਗ ਬੰਨਣ ਦਾ, ਉਹਦੇ ਵਿੱਚ ਤੁਸੀਂ ਕੀ ਕਰਨਾ ਚਾਹੁੰਦੇ? ਹਾਂਜੀ, ਮੈਂ ਜਾਊਂਗਾ, ਬਟ ਇਹ ਕਿ ਪਰਮਾਨੈਂਟਲੀ ਨਹੀਂ। ਹਾਂ, ਮਤਲਬ ਜੋ ਮੈਂ ਇੱਥੇ ਪੰਜਾਬ ਕਰ ਰਿਹਾ ਮੈਂ ਇੱਥੇ ਹੀ ਕਰੂੰਗਾ। ਪੱਗ ਬੰਨਣ ਦੀ ਗੁੜਤੀ ਤੁਸੀਂ ਕਿਸੇ ਕੋਲ ਲਈ ਸੀਗੇ ਕਿ ਤੁਸੀਂ ਆਪ ਹੀ ਸਟਾਰਟਿੰਗ ਤੋਂ ਸ਼ੁਰੂ ਕੀਤਾ? ਦੇਖੋ, ਆਪਣੇ ਆਪ ਹੀ ਆਪਣੇ ਬੰਨਣੀ ਕਿਸੇ ਕੋਲ ਸਿੱਖੀ ਸੀ, ਬਟ ਦੂਜਿਆਂ ਦੇ ਬੰਨੀ ਆਪਣੇ ਆਪ ਹੀ ਰੱਬ ਵੱਲੋਂ ਹੀ ਕਿਰਪਾ। ਕੋਈ ਜਿੱਦਾਂ ਕਿ ਉਹਨਾਂ ਵੱਲੋਂ ਕੋਈ ਗੱਲਬਾਤ ਕੀਤੀ ਗਈ ਕਾਨੂੰਨ ਦੇ ਵਿਵਸਥਾ ਨੂੰ ਲੈ ਕੇ ਜਲੰਧਰ ਬਾਰੇ ਕੁਛ? ਨਹੀਂ, ਇਸ ਬਾਰੇ ਕੋਈ ਗੱਲ ਨਹੀਂ। ਟਾਈਮ ਹੀ ਉਹਨਾਂ ਕੋਲ ਸ਼ੋਰਟ ਹੁੰਦਾ ਕਿ ਇਸ ਬਾਰੇ ਕੋਈ ਗੱਲ ਵੀ ਨਹੀਂ ਹੋਈ। ਬਸ 3 ਤੋਂ 4 ਮਿੰਟ ਦਾ ਟਾਈਮ ਮਿਲਿਆ ਸੀਗਾ ਜਿਹੜਾ ਪੱਗ ਬੰਨਣ ਦਾ, ਬਸ ਉਹਦੇ 'ਚ ਇੰਨਾ ਹੀ ਸੀਗਾ ਕਿ ਮੈਂ ਪੱਗ ਫਟਾਫਟ ਬੰਨ ਦਵਾਂ, ਉਹ ਵੀ ਵਧੀਆ। ਜਲੰਧਰ ਦੇ ਕੋਈ ਚਰਚਾ ਆਈ ਜਲੰਧਰ ਦੇ ਬਾਰੇ ਕਿ ਜਲੰਧਰ ਵਿੱਚ ਆਪਾਂ ਇਸ ਕੰਮ ਨੂੰ ਪ੍ਰੋਜੈਕਟ ਲਿਆਵਾਂਗੇ? ਨਹੀਂ, ਇਸ ਬਾਰੇ ਕੋਈ ਨਹੀਂ ਚਰਚਾ ਹੋਈ। ਗੱਲ ਨਾਲ ਜੁੜੇ ਸਾਂਪੇ ਜੀ, ਜਿਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਸਿਰ ਦੇ ਉੱਤੇ ਕੇਸਰੀ ਰੰਗ ਦੀ ਪੱਗ ਸਜਾਈ ਸੀ, ਜੋ ਕਿ ਬਹੁਤ ਚਰਚਾ ਦੇ ਵਿੱਚ ਸੀਗੀ। ਕੈਮਰਾਮੈਨ ਅਭੀ ਦੇ ਨਾਲ ਮੈਂ ਤੁਹਾਡਾ ਰਾਹੁਲ, JBTV ਤੋਂ।